ਪੁਲਿਸ ਛਾਉਣੀ ਵਿਚ ਬਦਲਿਆ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦਾ ਇਲਾਕਾ, ਗਲੀਆਂ ਵਿਚ ਪੁਲਿਸ ਹੀ ਪੁਲਿਸ। ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਇਲਾਕੇ ਦੇ ਆਲੇ ਦੁਆਲੇ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਵਿਚ ਕਈ ਨਸ਼ੇੜੀਆਂ ਠੱਗਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲ ਕਾਫੀ ਮਾਤਰਾ ਵਿਚ ਡਰੱਗ ਬਰਾਮਦ ਹੋਏ। ਪੁਲਿਸ ਦਾ ਕਹਿਣਾ ਸੀ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਇੱਥੇ ਨਸ਼ਾ ਛੁਡਾਊ ਕੇਂਦਰ ਕਾਰਨ ਕਈ ਲੋਕ ਦਵਾਈਆਂ ਲੈ ਕੇ ਬਾਹਰ ਵੇਚ ਰਹੇ ਨੇ। ਇਸ ਮੁਹਿੰਮ ਦੇ ਦੌਰਾਨ ਅਸੀਂ ਕਈ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹ ਵਿਚ ਭੇਜਿਆ। ਜੇਕਰ ਸਾਡੇ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਇਨ੍ਹਾਂ ਨਾਲ ਸ਼ਾਮਿਲ ਹੋਇਆ ਤਾਂ ਅਸੀਂ ਉਸ ਉੱਪਰ ਵੀ ਵੱਡੀ ਕਾਰਵਾਈ ਕਰਾਂਗੇ। ਮੈਂ ਇੱਕ ਮਿੰਟ ਰੁਕੋ।
ਭਾਈ ਭਾਈ ਮੈਂ ਨਹੀਂ ਦੇਖਦਾ ਮਾਲਕਾਂ ਦੀ ਮੇਰੀ ਚਾਬੀ ਦੇ ਜੀ ਇੱਥੇ ਅੱਜ ਕਮਾਲਪੁਰ ਮੁਹੱਲੇ 'ਚ ਸਾਡਾ ਕਾਸੋ ਓਪਰੇਸ਼ਨ ਚੱਲ ਰਿਹਾ ਹੈਗਾ। ਇਸ ਤੋਂ ਇਲਾਵਾ ਪੂਰੇ ਜ਼ਿਲ੍ਹੇ 'ਚ ਹੀ ਜਿਹੜੇ ਹੈਗੇ ਕਾਸੋ ਓਪਰੇਸ਼ਨਸ ਕੀਤੇ ਜਾ ਰਹੇ ਹੈਗੇ, ਜਿਹੜੇ ਡਰੱਗ ਹੋਟਸਪੋਟਸ ਹੈਗੇ ਉੱਥੇ ਪਹਿਲਾਂ ਵੀ ਅਸੀਂ ਕਰਦੇ ਰਹੇ ਹੈਗੇ, ਅੱਗੇ ਵੀ ਲਗਾਤਾਰ ਕਰਦੇ ਰਹਾਂਗੇ। ਜਿਹੜਾ ਡਰੱਗਸ ਦੇ ਖਿਲਾਫ਼ ਸਾਡੀ ਜ਼ੀਰੋ ਟੋਲਰੈਂਸ ਪੋਲਿਸੀ ਦਾ ਪਾਰਟ ਹੈਗਾ, ਜਿਹਦੇ ਵਿੱਚ ਜਿੰਨੇ ਵੀ ਡਰੱਗ ਹੋਟਸਪੋਟ ਹੈਗੇ ਉਹਨਾਂ 'ਤੇ ਸਾਰਿਆਂ 'ਤੇ ਇੱਕ ਗਜ਼ਟਿਡ ਰੈਂਕ ਦੇ ਅਫਸਰ ਦੀ ਨਿਗਰਾਨੀ ਹੇਠ, ਸਾਥ 'ਚ ਐੱਸ ਪੀ ਰੈਂਕ ਦੇ ਅਫਸਰ ਦੀ ਨਿਗਰਾਨੀ ਹੇਠ ਜਿਹੜਾ ਹੈ ਸਰਚ ਓਪਰੇਸ਼ਨ ਚੱਲ ਰਹੇ ਹੈਗੇ। ਅੱਜ ਅਸੀਂ ਇੱਥੇ ਕਮਾਲਪੁਰ 'ਚ ਆਏ ਹੈਗੇ ਅਤੇ ਇੱਥੇ ਲੋਕਾਂ ਦੇ ਨਾਲ ਵੀ ਇੰਟਰੈਕਸ਼ਨ ਕੀਤਾ। ਜਿਹੜੇ ਸਸਪੈਕਟਸ ਹੈਗੇ ਜਿਹੜੇ ਪੈਡਲਿੰਗ ਕਰਦੇ ਹੈਗੇ ਉਹਨਾਂ ਦੇ ਹਾਊਸਿਸ ਵੀ ਸਰਚ ਕੀਤੇ ਜਾ ਰਹੇ ਨੇ, ਅਤੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਨਾਲ ਇੰਟਰੈਕਸ਼ਨ ਅਤੇ ਜਿਹੜੀ ਸਿਵਲ ਹੋਸਪਿਟਲ ਦਾ ਜਿਹੜਾ ਫੀਡਬੈਕ ਸੀਗਾ ਕਿ ਸਿਵਲ ਹੋਸਪਿਟਲ 'ਚ ਓਟ ਸੈਂਟਰ ਹੋਣ ਕਰਕੇ ਅਤੇ ਡੀ ਐਡਿਕਸ਼ਨ ਸੈਂਟਰ ਹੋਣ ਕਰਕੇ ਕਾਫੀ ਲੋਕ ਜਿਹੜੇ ਸਰਕਾਰੀ ਸੈਂਟਰ 'ਤੇ ਰਜਿਸਟਰਡ ਹੈਗੇ ਉਹ ਵੀ ਆਪਣੀ ਡੋਜ਼ ਲੈਣ ਵਾਸਤੇ ਇੱਥੇ ਆਉਂਦੇ ਹੈਗੇ, ਅਤੇ ਉਹਦੀ ਆੜ 'ਚ ਕੁਛ ਹੋਰ ਲੋਕ ਵੀ ਜਿਹੜਾ ਹੈਗੇ ਇੱਥੇ ਆ ਕੇ ਅਤੇ ਕੁਛ ਇਲੀਗਲ ਐਕਟੀਵਿਟੀਜ਼ ਨੂੰ ਅੰਜਾਮ ਦਿੰਦੇ ਹੈਗੇ। ਪਿਛਲੇ ਦਿਨੋਂ ਜਦੋਂ ਸਾਡੇ ਧਿਆਨ 'ਚ ਇਸ ਤਰੀਕੇ ਦੀ ਗੱਲ ਆਈ ਸੀ, ਉਸ ਤੋਂ ਬਾਅਦ ਸਾਡੀ ਸਿਵਲ 'ਚ ਵੀ ਟੀਮ ਅਤੇ ਨਾਲ ਯੂਨੀਫਾਰਮ 'ਚ ਵੀ ਟੀਮ ਇੱਥੇ ਲਗਾਤਾਰ ਕੰਮ ਕਰ ਰਹੀ ਹੈਗੀ, ਅਤੇ ਜਲਦੀ ਜਿਹੜਾ ਹੈਗਾ ਸਾਰਾ ਨੈਕਸਸ ਅਸੀਂ ਬ੍ਰੇਕ ਕਰਕੇ ਅਤੇ ਸਖ਼ਤ ਕਾਰਵਾਈ ਉਸ 'ਤੇ ਕਰਾਂਗੇ ਜੀ।